ਜਿਹਣੀ ਘਰੋਂ ਡੰਗਰਾਂ ਦੀ ਤਰਪੈਲ ਹੀ ਲਾ ਲਿਆ ਆ ਕਸੌਲ ਘੁੰਮਣ ਜਾਈਏ ਉਧਰ ਮੱਝਾਂ ਬੜਾ ਠੰਡੇ ਠਰ ਜਾਣ ਹੈ ਹਾਂਜੀ ਮੇਰੇ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਮੈਂ ਕੋਣੀ ਆਪਣੇ ਨਾਲ ਬੈਠੇ ਹੋਏ ਆ ਸਰਦਾਰਾਂ ਦਾ ਚੈਨਲ ਆ ਪੰਜਾਬੀ ਸਕਲ ਜੋਇਰ ਹੋਏ ਮੇਰਾ ਵੀਰ ਭਰਾ ਆਪਣ ਵੇਦਾ ਦੇ ਦੇ ਵੇਖਿਆ ਕਰੋ ਘੈਂਟ ਘੈਂਟ ਚੀਜ਼ਾਂ ਭਰਾ ਪਾਉਣ ਵਾਲਾ ਹੀ ਆ ਆਪਣਾ ਤੇ ਬਾਕੀ ਤੁਹਾਨੂੰ ਮੈਂ ਦੱਸੀਏ ਕਿ ਅਸੀਂ ਅਨਪਲੈਨਡ ਜਮਾਂ ਹੀ ਬੇਕਾਰ ਕੋਈ ਸਾਡੇ ਕੋਈ ਸਲਾਹ ਮਸ਼ਵਰਾ ਨਹੀਂ ਸਾਡੇ ਵੀਰ ਭਰਾ ਮੈਂ ਅੱਜ ਜੀ ਆਪਣੇ ਸੰਧੂ ਪਰਿਵਾਰ ਦੇ ਦੋਵੇਂ ਨੌਜਵਾਨ ਚੋਬਰ ਅੱਗੇ ਬੈਠੇ ਹੋਏ ਆ ਇੱਕ ਚੌਹਾਨ ਸਾਹਿਬ ਉਹ ਨਹੀਂ ਸੰਧੂ ਸਾਹਿਬ ਤੇ ਅਸੀਂ ਤੁਰ ਪਏ ਹੁਣ ਘਰੋਂ ਮਾਤਾ ਉਹਨਾਂ ਨੂੰ ਵੈਸੇ ਦੱਸਿਆ ਨੀਗਾ ਵੈਸੇ ਆਏ ਸੀ ਮਿਲਣੀ ਕਿ ਇਹ ਮਿਲਣਾ ਇਹੀ ਤੇ ਅਸੀਂ ਮੈਂ ਇਹਨਾਂ ਦੇ ਨਾਲ ਬਹਿ ਕੇ ਤੇ ਅਸੀਂ ਕਸੌਲ ਨੂੰ ਨਿਕਲ ਚੱਲੇ ਆ ਸਾਡਾ ਕੋਈ ਪਲਾਨ ਨਹੀਂ ਹੈਗਾ ਅਸੀਂ ਕਰਨੀ ਉੱਥੇ ਕੈਂਪਿੰਗ ਆ ਜਾ ਕੇ ਐਂ ਹੁੰਦਾ ਅਸੀਂ ਨਹੀਂ ਤਈ ਲੈ ਜਮਾ ਤੁਹਾਨੂੰ ਮਤਲਬ ਐ ਵਖਾਉਣਾ ਵੀ ਜਿਹੜੇ ਅਨਪਲੈਨਡ ਸਾਡੇ ਵਰਗੇ ਤੁਰ ਪੈਂਦੇ ਨਾ ਕੀ ਐਕਸਪੀਰੀਅੰਸ ਉਹਨਾਂ ਦਾ ਤੁਹਾਨੂੰ ਅਨਐਕਸਪੈਕਟਡ ਜਮਾ ਅਨਐਕਸਪੈਕਟਡ ਲੱਗਦਾ ਬਸ ਤੁਰ ਪਏ ਆ ਟ੍ਰਿਪ ਸਿਰਾ ਹੀ ਹੁੰਦਾ ਬਸ ਖਤਮ ਆ ਕਹਾਣੀ ਪਰ ਹੁਣ ਇੱਕ ਵਾਰੀ ਆਪਾਂ ਗੱਡੀ ਚੇਂਜ ਕਰ ਲਈਏ ਪਹਿਲਾਂ ਨਹੀਂ ਸੀ ਕੋਈ ਸਲਾਹ ਤੇ ਹੁਣ ਐ ਸਲਾਹ ਹੀ ਵੀ ਜੇ ਗੱਡੀ ਥੱਲੇ ਲੱਗੂਗੀ ਨੀਵੀਂ ਆ ਪਰੋਲਾ ਤੇ ਅਸੀਂ ਸਕਾਰਪੀਓ ਲੈ ਕੇ ਜਾਵਾਂਗੇ ਜਾ ਕੇ ਤੁਹਾਨੂੰ ਹੋਰ ਕੰਟੈਂਟ ਵਿਖਾਉਂਦੇ ਆ ਸੁੱਖ ਮੇਰੇ ਵੀਰ ਹੁਣਾਂ ਦੀ ਸਕਾਰਪੀਓ ਕੋਟਕਪੂਰੇ ਤੋਂ ਚੱਕ ਲਈਏ ਨਾਲੇ ਇੱਕ ਕਾਰਗੋ ਫੜਨਾ ਉਥੋਂ ਦੇ ਸਕਦੇ ਆ ਘਰੋਂ ਫੋਨ ਆ ਚੁੱਕੇ ਮਾਤਾ ਹੁਣਾਂ ਦੇ ਬਸ ਦੱਸਿਆ ਜਾ ਰਿਹਾ ਵੀ ਕੀ ਹੋ ਰਿਹਾ ਹੁਣ ਇੱਥੇ ਨਾ ਇਧਰ ਜਦੋਂ ਵੀ ਤੁਸੀਂ ਵੀ ਜਿੱਤੇ ਜਾਂਦੇ ਹੋਗੇ ਨਾ ਜਦੋਂ ਚਾਰ ਜਣੇ ਬੈਠੇ ਹੁੰਦੇ ਆ ਇੱਕ ਜਣਾ ਕਹਿੰਦਾ ਨਾ ਘਰੋਂ ਯਾਰ ਫੋਨ ਆਇਆ ਤਿੰਨੇ ਚੁੱਪ ਹੋ ਜਾਂਦੇ ਆ ਗੋਮੇ ਅਸੀਂ ਤਾਂ ਨਾਲ ਹੀ ਨਹੀਂ ਸੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਇੱਧਰ ਹੀ ਆ ਮਾਸੀ ਉਹ ਉਧਰ ਮਣੀ ਕਰਨ ਨਾਲ ਮਾਤਾ ਜੀ ਹੁਣੀ ਚੈੱਕ ਕਰਦੇ ਹੋਏ ਫੜਾ ਹੀ ਨਾ ਦਈਏ ਕੱਢ ਜੋ ਪਰ ਸੱਚ ਮੈਂ ਤੁਹਾਨੂੰ ਦੱਸ ਦਈਏ ਦੱਸਦਾ ਮੈਂ ਤੁਹਾਨੂੰ ਬਾਹਰ ਨਿਕਲ ਕੇ ਲਓ ਜੀ ਹੁਣ ਤੁਸੀਂ ਵੇਖਣ ਹੀ ਦੇ ਆ ਤੇ ਮੈਂ ਤੁਹਾਨੂੰ ਮੈਂ ਦੱਸਦਾ ਫਾਇਦਾ ਕਰ ਦਈਏ ਕਿਉਂਕਿ ਆਪਾਂ ਅੱਗੇ ਪਾਉਂਦੇ ਹੁੰਦੇ ਸੀ ਟਿਕਟਾਂ ਜੀਆਂ ਨਾ ਪਾਉਂਦੇ ਨਹੀਂ ਤੇ ਇਹ ਵੀ ਸੇਮ ਸਕੀਮ ਆ ਪਰ ਇਹ ਹੈਗੀ ਹੁਣ ਆਪਣੇ ਬੰਦਿਆਂ ਦੇ ਹੱਥ ਪੰਜਾਬ ਚ ਆ ਤੇ ਵਧੀਆ ਨਾਲੇ ਜੈਨੂਇਨ ਬੰਦੇ ਆ ਆ ਸਾਰਾ ਇਹਨਾਂ ਦਾ ਤਾਮਾ ਜਾਮਾ ਆਪਦਾ ਹੀ ਆ ਇਹ ਬੰਦੇ ਕੋ ਕੂਪਨ ਪਾਓ ਤੁਸੀਂ ਲਾਲਾ ਲਾਲਾ ਕਹਿੰਦਾ 500 ਰੁਪਏ ਚ ਬਾਕੀ ਤੇ ਸ਼ਾਹੀ ਬਾਕੀ ਵੀਰ ਦਾਦਾ 500 ਚ ਕੀ ਲੈ ਜਾਣਾ ਤੁਸੀਂ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਤੇ ਆਪਣਾ ਵੀਰੇ ਪਟਿਆਲੇ ਆਪਾਂ ਲੱਕੀ ਕੂਪਨ ਸਕੀਮ ਸ਼ੁਰੂ ਕਰੀਏ ਜੀ ਇਹਦੇ ਚ ਕੁੱਲ 21 ਨਾਮ ਨੇ ਵੀਰੇ ਠੀਕ ਹੈ ਜੀ ਡਰੋ ਰਿਜ਼ਲਟ ਇਹਦਾ 27 ਮਈ ਨੂੰ ਲਾਈਵ ਕੱਢਾਂਗੇ ਵੀਰੇ ਪਹਿਲਾ ਨਾਮ ਮੇਰੇ ਜੀ ਥਾਰ ਹੈ 4x4 ਜੀ ਠੀਕ ਹੈ ਇਹਦੀ 7.5 ਲੱਖ ਦੀ ਕਾਪੀ ਵੀ ਅਸੀਂ ਕਸਟਮਰ ਦੇ ਨਾਮ ਆਪ ਕਰਾ ਕੇ ਦੇਵਾਂਗੇ ਜੀ ਉਹ ਚਲੋ ਸੈਕਿੰਡ ਪ੍ਰਾਈਜ਼ ਆਪਣਾ ਆਈਫੋਨ 14 ਪ੍ਰੋ 128GB ਜੀ ਥਰਡ ਪ੍ਰਾਈਜ਼ ਬੁਲਟ ਹੈ ਜੀ ਫੋਰਥ ਐਂਡ ਫਿਫਥ ਪ੍ਰਾਈਜ਼ ਸਪਲੈਂਡਰ ਐਕਟਿਵ ਹੈ ਜੀ ਉਸ ਤੋਂ ਬਾਅਦ 10 ਐਲਈਡੀ ਹੈ ਵੀਰੇ 32 ਇੰਚੀ 6 ਏਸੀ ਹੈ ਵੀਰੇ ਠੀਕ ਹੈ ਜੀ ਇਹਦੀ ਟਿਕਟ 500 ਰੁਪਏ ਟਿਕਟ ਹੈ ਜੀ ਜੇ ਮੇਰਾ ਕੋਈ ਵੀਰ ਭਰਾ ਤਿੰਨ ਟਿਕਟਾਂ ਪਾਉਂਦਾ ਉਹਨੂੰ ਇੱਕ ਫ੍ਰੀ ਹੈ ਜੀ ਜੇ ਕੋਈ 5 ਪਾਉਂਦਾ ਉਹਨੂੰ 2 ਫ੍ਰੀ ਹੈ ਜੀ ਜੇ ਕੋਈ 10 ਪਾਉਂਦਾ ਉਹਨੂੰ 4 ਫ੍ਰੀ ਹੈ ਜੀ ਇਹ ਸਾਡਾ ਪੇਮੈਂਟ ਨੰਬਰ ਹੈ ਜੀ 98155 32291 ਵੀਰੇ ਥੱਲੇ ਇਨਕੁਆਇਰੀ ਨੰਬਰ ਆ ਬਾਕੀ ਥੱਲੇ ਇਨਕੁਆਇਰੀ ਨੰਬਰ ਹੈ ਜੀ ਆ ਵੀਰੇ ਪੱਪੂ ਟੇਲਰ ਸਟੋਰ ਪਟਿਆਲਾ ਆਪਾਂ ਪੂਰੇ ਪਟਿਆਲੇ ਖੜੇ ਆ ਵੀਰੇ ਪਟਿਆਲੇ ਆਪਣਾ ਕੰਮ ਸ਼ੁਰੂ ਹੋਇਆ ਪਿਆ ਤੇ ਜਿਹੜਾ ਮੇਰਾ ਭਰਾ ਜਿਹੜੀ ਮੇਨ ਗੱਲ ਦੱਸਣ ਵਾਲੀ ਆ ਸਿਰਾ ਕਰਾਉਂਗਾ ਵੀ ਬੰਦਾ ਸ਼ੇਅਰ ਕਰੂਗਾ ਉਹਨਾਂ ਨੂੰ ਸਕਰੀਨਸ਼ਾਟ ਭੇਜਨੇ ਆ ਉਹ ਭੇਜਣ ਕਿੱਥੇ ਤੁਹਾਨੂੰ ਕੋਈ ਸ਼ੇਅਰ ਕਰਕੇ ਨਹੀਂ ਉਹਦੀ ਚਾਬੀ ਤੁਹਾਡੇ ਹੱਥ ਚ ਹੈ ਬਸ ਇਹ ਸਾਨੂੰ ਉਹਦੀ ਚਾਬੀ ਤੁਹਾਡੇ ਹੱਥ ਚ ਜੋ ਤੁਸੀਂ ਨਾਮ ਦੋਗੇ ਸਾਨੂੰ ਅਸੀਂ ਉਹ ਕੱਢ ਕੇ ਉਹਨਾਂ ਨੂੰ ਨਾਮ ਦੇ ਦਾਂਗੇ 27 ਨੂੰ ਆਪਾਂ ਇਨਾਮ ਦੇਵਾਂਗੇ ਵੀਰੇ 5 ਏਅਰਪੋਰਟ ਕੋਈ ਖਾਲੀ ਨਹੀਂ 5 ਸਮਾਰਟ ਵਾਚਿਸ ਵੀਰੇ ਆਪਾਂ ਲੈ ਗਏ ਸਾਡੇ ਇੰਸਟਾ ਤੇ ਸਾਨੂੰ ਇੰਨੇ ਬੰਦੇ ਨੂੰ ਸ਼ੇਅਰ ਕਰਤੀ ਸਾਨੂੰ ਭੇਜ ਦਿਓ ਆਈ ਇਹਨਾਂ ਨੂੰ ਸੁਜੈਸਟ ਕਰ ਦਾਂਗੇ ਇੰਨੇ ਬੰਦੇ ਨੇ ਪੀਤਾ ਮੈਂ ਤੈਨੂੰ ਭੇਜਿਆ ਸ਼ੇਅਰ ਕਰਕੇ ਖਾ ਦੇ ਤੇਰਾ ਤਾਂ ਮੈਂ ਮੈਸੇਜ ਨਹੀਂ ਸੀਨ ਕਰਨਾ ਸੋ ਵੀਰੇ ਬਾਕੀ ਤੁਸੀਂ ਇੱਕ ਬੰਦਾ ਕੋਈ ਵੀ ਕਿੰਨੇ ਮਰਜ਼ੀ ਕੂਪਨ ਖਰੀਦ ਸਕਦਾ ਉਹਦੀ ਕੋਈ ਚੱਕਰ ਨਹੀਂ ਕੋਈ ਮਰਜ਼ੀ ਵੀਰੇ ਕਿੰਨੇ ਮਰਜ਼ੀ ਬੰਦਾ ਕੂਪਨ ਪਾ ਸਕਦਾ ਹੈ ਜੀ ਸਾਡੀ ਸਕੀਮ ਚੱਲ ਰਹੀ ਹੈ 3x1 ਦੀ ਵੀਰੇ 5x2 ਤੇ 10x4 ਦੀ ਵੀਰੇ ਮੈਂ ਵਾਰ-ਵਾਰ ਕਹਿੰਦਾ ਸ਼ੇਅਰ ਕਰਕੇ ਮੈਨੂੰ ਇੰਸਟਾ ਤੇ ਸ਼ੇਅਰ ਕਰ ਦਿਓ ਤੇ ਮੈਂ ਸ਼ਾਹ ਨੂੰ ਸਿਰਾ ਕਰਾ ਦਾਂਗਾ ਭੇਜ ਦਾਂਗਾ ਵੀਰੇ ਨਾ ਕੋ ਤੁਹਾਡਾ ਨਾਮ ਓਕੇ ਜੀ ਧੰਨਵਾਦ ਥੈਂਕ ਯੂ ਜੀ ਸ਼ਾਹੀ ਥੈਂਕ ਯੂ ਓਕੇ ਹਾਂ ਦਾ ਅਨਪਲੈਨ ਵੇਖੋ ਜਿਹੜਾ ਬਿਨਾ ਸੋਚੇ ਸਮਝੇ ਕਰਨਾ ਵੀਰ ਜੀ ਹੁਣੀ ਘਰੋਂ ਡੰਗਰਾਂ ਦੀ ਤਰਪੈਲ ਹੀ ਲਾ ਲਿਆ ਆ ਕਹਿੰਦਾ ਇਹਦਾ ਤੰਬੂ ਬਣਾਵਾਂਗੇ ਬਣ ਜਾਊਗਾ ਜਗ੍ਹਾ ਬਹੁਤ ਘੱਟ ਆ ਇਸੇ ਕਰਕੇ ਸਕਾਰਪੀਓ ਚੱਕਣੀ ਸਕਾਰਪੀਓ ਇਸੇ ਕਰਕੇ ਚੱਕਣੀ ਆਪਾਂ ਗੁਰੂਆ ਆਪਾਂ ਕਸੌਲ ਘੁੰਮਣ ਜਾਈਏ ਉਧਰ ਮੱਝਾਂ ਬੜਾ ਠੰਡੇ ਠਰ ਜਾਣ ਹੈ ਆਹੋ ਤੂੰ ਮੱਝਾਂ ਦੀ ਤਰਪੈਲ ਲਾ ਲਿਆ ਉਤੋਂ ਕੋਈ ਨਾ 2 ਕਿਲੋ ਦੁੱਧ ਘੜ ਦੇ ਆਹੋ ਫੁੱਫੜ ਕੇ ਘਰੋਂ ਗੱਡੀ ਦੂਜੀ ਲੈ ਕੇ ਜਾਣੀ ਤੇ ਇੱਕ ਕੰਧਾ ਟੱਪਦਾ ਫਿਰਦਾ ਹੁਣ ਉਹੀ ਤਾਂ ਗੱਲ ਇਹ ਲਾਡੋ ਰਾਣੀ ਇੱਥੇ ਖੜੀ ਰਹੂਗੀ ਦੂਜੀ ਲਾਡੋ ਰਾਣੀ ਚੱਕ ਲੈਣੀ ਅਸੀਂ ਜਿੱਦਾਂ ਤੁਸੀਂ ਦੇਖ ਸਕਦੇ ਆ ਇਹ ਵਾਲੀ ਜਿਹੜੀ ਗੱਡੀ ਦੀ ਸਾਡੀ ਦੀ ਮੋਨਸਟਰ ਲੁੱਕ ਬਹੁਤ ਘੈਂਟ ਆ ਇਹ ਆਪਣੇ ਸਿਰਾ ਕਰਾਇਆ ਪਿਆ ਕੰਮ ਸਮਾਨ ਕੱਢੋ ਬਾਹਰ ਵੀਰ ਜੀ ਗੱਲਾਂ ਨਾ ਸੁਣਾਓ ਤੁਸੀਂ ਸਾਨੂੰ ਲਓ ਵੀ ਗੱਡੀ ਕੱਢ ਲਈ ਬਾਹਰ ਇਹਦੇ ਤੇ ਜਾਣਾ ਆਪਾਂ ਲਾਈਟਾਂ ਲੁਟਾਂ ਲੱਗੀਆਂ ਤੇ ਨਾਲ ਚੱਕ ਲਏ ਕੰਬਲ ਹੋਣੀ ਤੇ ਨਾਲ ਕਦੇਲੇ ਹੋਣੀ ਥੱਲੇ ਵਿਛਾਉਣ ਨੂੰ ਰਾਤ ਨੂੰ ਕੈਂਪਿੰਗ ਕਰਨੀ ਦੇਸੀ ਤਰੀਕੇ ਨਾਲ ਜਮਾਂ ਦੇਸੀ ਪੇਂਡੂ ਟੱਚ ਬਾਕੀ ਤੁਸੀਂ ਦੇਖ ਸਕਦੇ ਆ ਸੌਖਾ ਨਵੇਂ ਇੱਥੇ ਵੀ ਗਏ ਗੱਡਮਾ ਕੰਮ ਕਰਾਇਆ ਲਾਈਟਾਂ ਲੁਟਾਂ ਪੂਰੀਆਂ ਭਰਪੂਰ ਲਾਈਆਂ ਹੋਈਆਂ ਵਾ
ਤੇ ਇੱਕ ਅਗਲੇ ਚੱਕੇ ਦੀ ਲਾਈਟ ਨਹੀਂ ਜਗਦੀ, ਚੱਲ ਕੋਈ ਗੱਲ ਨਹੀਂ, ਪਰ ਜਿੰਨਾ ਕੁ ਹੈਗਾ ਜੋ ਹੈਗਾ ਕੰਫਰਟ 'ਚ ਆ। ਕਲੇਸ਼ ਆ ਜੀ ਹਾਂ, ਉਹਨੂੰ ਕਹਿੰਦੇ ਆ ਡਰਾਈਵ ਸੂ ਤੇ 61 ਸਿਰਾ ਲੱਗਦਾ ਕਿ ਨਹੀਂ, ਕੱਢ ਲੈ ਵਲੌਗ ਇਹਦਾ ਵੀ। ਆਹ ਸਿਰਾ ਕਾ ਵੀ ਵੇਖ ਕਿਉਂ ਵਲੌਗ ਕੱਢਣ ਦੀ ਗੱਲ ਕਰਦਾ ਗੁਰੂ, ਇਹ ਸਿਰਾ 'ਚ ਇਹ ਤੇ ਪਹਿਲਾਂ ਕਹਿ ਹੁੰਦੇ ਆ ਆਹੋ KFC ਦੇ ਡਰਾਈਵ ਥਰੂ ਦੇ ਨਾਲ ਹੀ 61 ਇਹ ਵੇਖ ਕੇ ਬਾਹਰ ਵਾਲੀਆਂ ਫੀਲਿੰਗਾਂ ਜਿਹੜੀਆਂ ਨਾ ਇੱਥੇ ਆਮ ਕੀਤੀਆਂ ਪਈਆਂ ਲੋਕਾਂ ਨੇ। ਕੋਈ ਨਹੀਂ ਬਾਹਰ ਰਹਿ ਕੇ ਗਿਆ ਯਾਰ, ਹੋਰ ਸਫਾਈ ਰਹਿ ਗਈ ਬਸ, ਹੋਰ ਕੁਛ ਨਹੀਂ ਰਹਿ ਗਿਆ ਬਾਹਰ। ਸਿੱਧੀ ਜੀ ਗੱਲ ਦੱਸਾਂ, ਬਾਕੀ ਸਾਰਾ ਮਾਹੌਲ ਆਪਣੇ ਇੱਥੇ ਹੀ ਹੋ ਚੱਲਾ। ਲਓ ਵੀ ਸਫਰਾਂ ਤੇ ਨਿਕਲ ਚੁੱਕੇ ਆ, ਅਸੀਂ ਜਾਂਦੇ ਪਗਵਾੜੇ ਵੱਲੋਂ ਆ ਜਲੰਧਰ, ਫਗਵਾੜਾ ਵਾਇਆ ਤੇ ਰੂਪਨਗਰ ਹਨਾ। ਉਦੋਂ ਗਾ ਕਿੱਥੇ ਜਾਵਾਂਗੇ, ਸਾਡੇ ਗਾੜੇ ਆ ਜਿਹੜੇ ਕੀ ਕਹਿੰਦੇ ਹੁੰਦੇ ਉਹ ਸੁੱਕੇ, ਆਪਾਂ ਰੂਪਨਗਰ ਤੋਂ ਬੁਲਾ ਕੀ ਹੁੰਦੇ ਨਾਲ ਜਿਹੜੇ ਆਪਣੇ ਉਹ ਜਿਹੜੇ ਗਾਈਡ ਨਾ ਗਾਈਡ ਗੂਈਡ ਕੀ ਕਹਿੰਦੇ ਹੁੰਦੇ ਉਹਨਾਂ ਨੂੰ, ਟੂਰਿਸਟ ਗਾਈਡ, ਟੂਰਿਸਟ ਗਾਈਡ ਸਾਡੇ ਜੇ ਬੈਠੇ ਹੋਏ ਮਹਿਕਪ੍ਰੀਤ ਸਿੰਘ ਤੇ ਸਾਨੂੰ ਦੱਸਣਗੇ ਆਪਾਂ ਕਿੱਧਰ ਦੀ ਰਾਹ ਜਾ ਰਹੇ ਆ। ਆਪਾਂ ਰੂਪਨਗਰ ਤੋਂ ਬਿਲਾਸਪੁਰ, ਬਿਲਾਸਪੁਰ ਤੋਂ ਅੱਗੇ, ਬਿਲਾਸਪੁਰ ਤੋਂ ਅੱਗੇ ਇਹਨਾਂ ਨੂੰ ਨਹੀਂ ਪਤਾ ਸਾਡਾ ਗਾਈਡ ਹੀ ਮਾੜਿਆ ਵੀਰੇ, ਸਾਡੇ ਨਹੀਂ ਹਾਲਾਤ ਚੰਗੇ ਲੱਗਦੇ ਮੈਨੂੰ, ਆਪਾਂ ਬਾਟੇ ਬੁੱਢੇ ਇਹ ਕੰਮ ਨੀ ਸਹੀ। ਮੈਨੂੰ ਨਾਮ ਯਾਦ ਭੁੱਲ ਗਿਆ ਕਿ ਰਸਤਾ, ਸਾਡੇ ਗਾਈਡ ਨੂੰ ਨਾਂ ਭੁੱਲੀ ਜਾਂਦੇ ਤੇ ਨਹੀਂ ਸਾਨੂੰ ਟੂਰ ਕਢਾਉਂਦਾ। ਸੇਨਾਪਤੀ ਚੇਂਜ ਕਰੋ ਓਏ, ਨਹੀਂ ਗਲਤ ਬਦਲ ਦਿਓ ਬਾਈ, ਲਾ ਦੇ ਇਹਨੂੰ ਉਹਦੇ ਤੋਂ। ਲਓ ਵੀ ਪਹਿਲੀ ਪਹਾੜੀ ਤੇ ਚੜ ਗਏ ਆ, ਇਧਰਲੇ ਬੰਨਿਓ ਵਿਊ ਬਹੁਤ ਘੈਂਟ ਆ, ਕਸੌਰ ਵਾਲ ਨੂੰ ਜਾਂਦੇ ਆ, ਤਾਰੇ ਮਿੰਨੇ ਮਿੰਨੇ ਲੱਗੇ ਹੋਏ ਆ, ਸਿਰਾ ਕਾਰੋਬਾਰ ਆ, ਐਂ ਲੱਗਦਾ ਗੱਡੀ ਖੜੀ ਹੈ, ਤਾਰੇ ਥੱਲੇ ਵੀ ਤਾਰੇ। ਹਾਂ ਇਹ ਗੱਲ ਹੈ, ਐਂ ਦੇਸਾ ਤੇ ਮਾਹੌਲ ਗਾਣੇ ਲਾ ਕੇ ਆ, ਓਏ ਗੰਦ ਨਹੀਂ ਪਾਉਣਾ ਤੁਹਾਨੂੰ, ਤਾਂ ਹੀ ਨਹੀਂ ਲਿਆਈਦਾ ਲਾਣ ਪੀਣੇ ਇੱਥੇ। ਹਾਂ ਲਾਣ ਪੀਣੇ ਜੇ ਗੰਦ ਪਾਉਂਦੇ ਫਿਰਦੇ ਇੱਥੇ ਤੇ ਕਿੱਡੀ ਗੱਲ ਸੀ, ਕਚਰਾ ਜੇ ਇੱਥੇ ਰੱਖ ਲੈਂਦਾ ਤੇ ਆਪਾਂ ਜਿੱਥੇ ਖੜਦੇ ਉੱਥੇ ਸਾਈਡ ਤੇ ਸੁੱਟ ਦਿੰਦੇ ਕਿਤੇ, ਜਿੱਥੇ ਜੀ ਕਰਦਾ ਗੰਦ ਪਾਉਣੇ ਸ਼ੁਰੂ ਹੋ ਜਾਂਦੇ ਕਚਰੇ ਬਾਜ ਕੱਟਦੇ ਆ। ਹਾਂ ਕੱਟਦੀ ਹੁਣ ਨਹੀਂ ਮੈਂ ਕੱਟਣੀ ਪਾਟ ਦੇ, ਜਿੱਦਾਂ ਕਿ ਦੇਖ ਸਕਦੇ ਆ ਲਾਸ਼ਾਂ, ਸਾਡੇ ਜਿਹੜੇ ਟੂਰ ਗਾਈਡ ਜਿਹੜੇ ਗਾਈਡ ਵਾਲੇ ਸੀ ਲਾਸ਼ ਬਣ ਚੁੱਕੇ ਨੇ, ਉਹ ਵਿਛ ਗਏ ਨੇ, ਬੇਟੀ ਤਿਆਰ ਹੋ ਗਈ ਆ, ਸਵੇਰ ਦੇ 5 ਵੱਜ ਚੁੱਕੇ ਨੇ, ਅਸੀਂ ਰਾਤ ਦੇ ਸਫ਼ਰ ਤੇ ਹੀ ਆ ਤੇ ਸਾਡਾ ਇਰਾਦਾ ਇਹ ਆ ਵੀ ਜਿਹੜਾ ਰੈਸਟ ਕਰਾਂਗੇ ਅਸੀਂ ਮੜੇ ਜੇ ਦੁਪਹਿਰੇ ਜੇ ਕਰਾਂਗੇ, ਉਹ ਵੀ ਕੋਈ ਖਾਲੀ ਜਗ੍ਹਾ ਵੇਖ ਕੇ ਜਿੱਥੇ ਪੱਲੀ ਵਿਛਾ ਕੇ ਤਲਾਈਆਂ ਉੱਤੇ ਵਿਛਾ ਕੇ ਤੇ ਉੱਤੇ ਲਵਾਂਗੇ ਭੂਰੇ ਕਿ ਨਹੀਂ ਓਏ ਧੁੱਪੇ, ਲੋਕੀ ਜਿਵੇਂ ਬੀਚ ਦੇ ਨਜ਼ਾਰੇ ਲੈਂਦੇ ਆਪਾਂ ਐਂ ਪਹਾੜ ਤੇ ਜਾਂਗੇ ਧੁੱਪੇ ਸੋਵਾਂਗੇ ਓਏ, ਸਿਰਾ ਬੜਾ ਲੱਗੂ ਮਾਹੌਲ ਮੈਂ ਇੱਕ ਨੰਬਰ। ਇੱਧਰ ਲਾਸ਼ਾਂ ਟੂਰ ਗਾਈਡ ਸਾਡੇ ਢੇਰੀ ਹੋਏ ਪਏ ਖਤਮ। ਤੇ ਲਓ ਵੀ ਹੁਣ ਅਸੀਂ ਕਸੌਲੀ ਜਮਾਂ ਵੈਲੀ ਦੇ ਥੱਲੇ ਆ ਗਏ ਹਾਂ ਇੱਕ ਵਾਰੀ, ਤੇ ਅਸੀਂ ਆਪਾਂ ਕਿੰਨੇ ਵਜੇ ਤੁਰੇ ਸੀ ਮਣੀ, 8 ਵਜੇ ਤੁਰੇ ਸੀ ਤੇ ਆਪਾਂ 5:30 ਪਹੁੰਚ ਗਏ, 5:30 6 ਵੱਜ ਗਏ ਹੁਣ, ਹੁਣ ਵੇਖਣਾ ਸੀ ਸਨਰਾਈਜ਼ ਨਹਿਰ ਦੇ ਕਿਨਾਰੇ ਨਦੀ ਦੇ, ਤੇ ਸਾਡੇ ਟੂਰ ਗਾਈਡ ਸਾਨੂੰ ਗਾਈਡ ਕਰਨਗੇ ਜਿਹੜੇ ਉਹ ਚਵੀਰ ਜੀ ਪਰੇ ਨੂੰ ਤੁਰ ਪਏ ਆ, ਭਾਅ ਜੀ ਦੱਸੀਦਾ ਹੁੰਦਾ ਵਾ ਕਹਿਣ ਜਾਣਾ, ਚਲੋ ਤੁਰੋ। ਤੇ ਜਿੱਦਾਂ ਕਿ ਦੇਖ ਸਕਦੇ ਹਾਂ ਮਹਿਕਪ੍ਰੀਤ ਜੀ ਸਾਨੂੰ ਅੱਗੇ ਲੈ ਕੇ ਜਾ ਰਹੇ ਨੇ, ਸੁੱਖਾ ਜੀ ਅਤੇ ਮਣੀ ਜੀ ਅਤੇ ਉਸਤਾਦ ਜੀ ਨਾਲ ਆਪਾਂ ਫੋਲੋ ਕਰ ਰਹੇ ਹਾਂ ਸਾਰੇ ਜਾਣੇ, ਅਤੇ ਜੰਗਲ ਜੰਗਲ ਵਾਲਾ ਬਈ ਅੱਗੋਂ ਗਾਂ ਹੋਵੇ ਹਾਲੀਵੁੱਡ ਫੀਲ ਲੈ ਰਹੇ ਹਾਂ ਪੂਰਾ, ਪੂਰਾ ਹਾਲੀਵੁੱਡ ਫੀਲ ਲੈ ਰਹੇ ਹਾਂ। ਅਸੀਂ ਹੁਣ ਪਹੁੰਚਿਆ ਕਸੌਲ ਦੇ ਜਮਾਂ ਨੀਚਲੇ ਹਿੱਸੇ ਥੱਲੜੇ ਪਾਸੇ ਨੂੰ ਜਿੱਥੇ ਝਰਨਾ ਵਾਲਾ ਵਹਿੰਦਾ ਅਤੇ ਮਤਲਬ ਜਿਹੜੇ ਨਦੀ ਜੀ ਵਹਿੰਦੀ ਇਹਦੇ ਕਰਕੇ ਕਸੌਲ ਜ਼ਿਆਦਾ ਮਸ਼ਹੂਰ ਆ, ਉੱਧਰ ਲਾਈਟਾਂ ਲੱਗੀਆਂ ਹੋਈਆਂ ਅਤੇ ਉੱਥੋਂ ਸੂਰਜ ਦੇਵਤਾ ਹੀ ਚੜ੍ਹਨਗੇ ਪ੍ਰਗਟ ਹੋਣਗੇ ਅਤੇ ਬਣੇ ਰਹੋ। ਸਾਰੇ ਜਾਣੇ ਬਹਿ ਗਏ ਆ ਰੀਲ ਬਣਾਉਣ, ਉੱਥੇ ਪਿੱਛੇ ਅਸੀਂ ਇੱਕ ਕੈਮਰਾ ਲਾਇਆ ਵਿਚਾਰਾ, ਉਹ ਗਰੀਬ ਸੁੱਖ ਹੋਣਾ ਦਾ ਫੋਨ ਆ ਵਿਚਾਰਿਆਂ ਦਾ, ਪਾਣੀ ਦੇ ਉੱਤੇ ਖੜਾ ਕੀਤਾ ਆ ਵੀ ਉਹ ਫਾਸਟ ਵਾਲੀ ਵੀਡੀਓ ਤੇਜ਼ ਤੇਜ਼ ਉਹ ਆਪਾਂ ਵੀ ਪਾਉਣੀ ਨਾ ਹਿਮਾਚਲ 'ਚ ਜਾ ਕੇ, ਉਹ ਦੂਜੀ ਕਸੌਲ 'ਚ ਜਾ ਕੇ ਉਹ ਕਿਹੜੀ ਉਹ ਗਾਣਾ ਜਿਹਾ ਲਾ ਕੇ, ਗਾਣਾ ਟਾਈਮ ਸਕੇਪ ਤਾਂ ਹੈ ਨਹੀਂ ਕੋਈ, ਚੱਲ ਕੋਈ ਗੱਲ ਨਹੀਂ, ਪਰ ਆਹ ਵੈਲੀ ਨੂੰ ਰਿਕਾਰਡ ਕਰਦੇ ਪਏ ਆ ਵੀ ਇਹ ਜਿਵੇਂ ਜਿਵੇਂ ਚੈਨਲ ਚੜੂਗਾ ਉਹਨਾਂ ਨਾਲ ਸਿਰਾ ਲੱਗ ਜਾਣਾ ਕੰਮ। ਵੇਖੋ ਦਹਿਸ਼ਤ, ਉਹ ਵੇਖੋ ਬਹੁਤ ਵਧੀਆ ਕਿਰਨਾਂ ਘੈਂਟ ਨਿਕਲ ਰਹੀਆਂ ਬਾਹਰ। ਦੱਸੋ ਜੀ ਟੱਟੀ ਲਵਾ ਲਈ, ਕੀ ਹੋਇਆ ਕੀ
ਕੀ ਗੱਲ ਕਹਿ ਲਗੇ ਉਹ ਤੋਂ ਆਇਆ ਕਹਿੰਦਾ ਟੱਟੀ ਦੀ ਵਾਸ ਚੜੀ ਆਈ ਆ ਵੀ ਗੁੰਮਤੀ ਬਲ ਜਾ ਯਾਰ ਗੁੰਮਤੀ ਬਲ ਸਾਨੂੰ ਆਣ ਕੇ ਪੁੱਛੀ ਜਾਂਦਾ ਕਿ ਇੱਥੇ ਟੱਟੀ ਦੀ ਵਾਸ ਚੜੀ ਆਈ ਉਹ ਟਾਈਮ ਸਕੇਚ ਕਿੱਡਾ ਵਧੀਆ ਰਿਕਾਰਡ ਹੋਇਆ ਹੋਣਾ ਅੱਜ ਵਿਊ ਤੁਸੀਂ ਦੇਖ ਸਕਦੇ ਕਿੰਨਾ ਘੈਂਟ ਆ ਹਨਾ ਬੜਾ ਯਾਰ ਸਿਰਾ ਚੀਜ਼ ਐਵੇਂ ਇੱਕ ਨੰਬਰ ਮਾਹੌਲ ਆ ਬਹੁਤ ਘੈਂਟ ਬੂਟੇ ਬਹੁਤ ਘੈਂਟ ਵਿਊ ਇਹੋ ਜਿਹਾ ਮਾਹੌਲ ਆ ਸੀ ਮੈਂ ਟੀਵੀਆਂ ਐਵੇਂ ਤੇ ਹੁੰਦੇ ਜਿਹੜਾ ਹੁਣ ਵੇਖਣ ਦੇ ਆ ਪਰ ਜਿਹੜੇ ਆ ਮੇਰੇ ਵੀਰ ਭਰਾ ਇੱਥੇ ਆਣ ਕੇ ਟੱਟੀ ਬਹਿ ਜਾਂਦੇ ਮੇਰਾ ਵੀਰ ਆ ਗਲਤ ਗੱਲ ਆ ਬਹਿਰ ਕਰਕੇ ਦੋਹਰ ਹੀ ਬੈਦਲੀ ਆ ਇੱਕ ਵਾਰੀ ਸੁੱਕੀ ਲੈ ਵੀ ਬਿੰਦੀ ਆ ਵੀਰੇ ਉਹ ਬੈਠੇ ਸਰਦਾਰ ਜੀ ਟੱਟੀ ਉਹਦਾ ਆ ਗਏ ਹੁਣ ਇਹ ਨਾ ਕੰਮ ਕਰਿਆ ਕਰੋ ਮੇਰੇ ਵੀਰ ਏਡੀਆਂ ਸੋਹਣੀਆਂ ਥਾਵਾਂ ਤੇ ਆ ਕੇ ਤੁਸੀਂ ਟੱਟੀ ਬਹਿ ਜਾਂਦੇ ਆ ਤੇ ਬਾਕੀ ਟੂਰਿਸਟ ਵੀ ਉੱਥੇ ਟੱਟੀ ਲਵਾ ਕੇ ਫਿਰਦੇ ਰਹਿੰਦੇ ਆ ਗਲਤ ਗੱਲਾਂ ਅਵੋਇਡ ਕਰੋ ਇਹ ਚੀਜ਼ਾਂ ਨੂੰ ਤੇ ਬਾਕੀ ਦਾ ਵਲੋਗ ਆਪਾਂ ਅਗਲੇ ਦਿਨ ਵਾਲਾ ਫਿਰ ਤੁਹਾਨੂੰ ਬਣਾ ਕੇ ਪਕਾਵਾਂਗੇ ਉਹ ਤੇ ਹੋਰ ਕ੍ਰੇਟ ਚੀਜ਼ ਕਰਨੀ ਘੈਂਟ ਜਿਹੜੀ ਅਸੀਂ ਪਿੰਡੋਂ ਲੈ ਕੇ ਆਏ ਹਾਂ ਤੇ ਇਸੇ ਦੇ ਨਾਲ ਇਸਦੇ ਸਨਰਾਈਜ਼ ਦੇ ਨਾਲ ਆਪਣਾ ਵਲੋਗ ਸਮਾਪਤ ਹੁੰਦਾ ਥੈਂਕ ਯੂ ਲਵ ਯੂ ਆਲ ਤੇ ਅਗਲੇ ਵਲੋਗ ਨੂੰ ਕਰ ਦਿਓ ਸ਼ੇਅਰ।